ਐਦਾਂ ਤਾੜੀ ਦੀ ਆਵਾਜ਼ ਆਉਣੀ ਚਾਹੀਦੀ ਹੈ। ਮੇਰੇ ਜਿੰਨੇ ਕੁ ਵੀ ਗਾਣੇ ਆ ਨਾ, ਮੈਂ ਸਾਰੇ ਤੁਹਾਡੇ ਪੱਖ 'ਚ ਹੀ ਹੁੰਦੇ ਨੇ, ਕਿਉਂਕਿ ਮੈਨੂੰ ਪਤਾ ਅੱਜ ਦੀ ਜਨਰੇਸ਼ਨ ਸੁਣਨਾ ਕੀ ਚਾਹੁੰਦੀ ਹੈ। ਗਾਉਣਾ ਤਾਂ ਧਾਰਮਿਕ ਵੀ ਜਾਣਦੇ ਹਾਂ, ਪਰ ਕੀ ਕਰੀਏ ਭਾਜੀ, ਸਮੇਂ ਨਾਲ ਚੇਂਜ ਹੋਣਾ ਪੈਂਦਾ। ਬੀਬਾ ਜੀ ਕੋਲੇ ਗਾਣਿਆਂ ਦਾ ਘਾਟਾ ਨਹੀਂ, ਗੱਲਾਂ ਦਾ ਵੀ ਘਾਟਾ ਨਹੀਂ। ਖੈਰ ਕਲਾਕਾਰੀ ਹੈ ਜਿਹੜੀ ਸਿੰਗਿੰਗ ਹੈ ਨਾ, ਇਹਦੇ ਵਿੱਚ ਗੱਲਾਂ ਵੀ ਸਿੱਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਗੱਲਾਂ ਦੇ ਨਾਲ ਬੰਦਾ ਜ਼ਿਆਦਾ ਕੀਲਿਆ ਜਾਂਦਾ ਹੈ, ਗਾਣਿਆਂ ਦੇ ਨਾਲ ਤਾਂ ਸੰਗੀਤ ਕੀਲਦਾ। ਬੜੀ ਖੁਸ਼ੀ ਦੀ ਗੱਲ ਹੈ, ਖੁੱਲ੍ਹ ਕੇ ਜ਼ੋਰ ਲਾ ਕੇ ਬੀਬਾ ਜੀ ਨੇ ਹਾਜ਼ਰੀ ਲਵਾਈ ਹੈ। ਤੁਸੀਂ ਖੁੱਲ੍ਹ ਕੇ ਜ਼ੋਰਦਾਰ ਤਾੜੀ ਮਾਰ ਦਿਓ, ਬੜੀ ਮਿਹਰਬਾਨੀ। ਖੁਸ਼ ਰਹੋ, ਪਰਮਾਤਮਾ ਤੁਹਾਨੂੰ ਖੁਸ਼ ਬਖਸ਼ੇ। ਔਰ ਕਿਉਂਕਿ ਸਮਾਂ ਬਹੁਤ, ਮੈਂ ਪਹਿਲਾਂ ਵੀ ਕਿਹਾ ਸੀ, ਕੀਮਤੀ ਔਰ ਸੀਮਤੀ ਹੈ। ਉਹ ਸੁਰੀਲੇ ਗਾਇਕ ਲਵਲੀ ਨਿਰਮਾਣ ਜੀ ਵੀ ਨੇੜੇ ਤੇੜੇ ਪਹੁੰਚ ਚੁੱਕੇ ਨੇ, ਕੰਟੈਕਟ ਹੋਇਆ ਫੋਨ ਤੇ। ਔਰ ਦੁਬਾਰਾ ਫਿਰ ਜਿੰਨਾ ਸਮਾਂ ਉਹ ਨਹੀਂ ਇੱਥੇ ਆਉਂਦੇ, ਔਰ ਇਹ ਮੈਡਮ ਜੀ ਬੱਬੂ ਜੀ ਤੁਹਾਡੀ ਸੇਵਾ ਇੱਦਾਂ ਹੀ ਕਰਦੇ ਰਹਿਣਗੇ, ਤੇ ਇਸੇ ਕਰਕੇ ਮੈਂ ਨਾਂ ਵਿੱਚ ਟਾਈਮ ਲਵਾਂ ਗੱਲਾਂ ਬਾਤਾਂ ਦਾ, ਕਿਉਂਕਿ ਬੜਾ ਦਿਲ ਲੱਗਿਆ ਹੋਇਆ। ਬਾਕੀ ਮੈਂ ਅਨਾਊਂਸ ਕੀਤਾ ਸੀ, ਇਹਦੇ ਵਿੱਚ ਕੋਈ ਝੂਠ ਨਹੀਂ ਹੁੰਦਾ। ਜਿਵੇਂ ਮੇਰੇ ਲਿਖੇ ਗਾਣਿਆਂ 'ਚ ਤੁਹਾਨੂੰ ਕਦੇ ਕੱਚੀ ਗੱਲ ਨਹੀਂ ਲੱਗੀ, ਤੇ ਜ਼ਬਾਨੋਂ ਬੋਲੀ ਗੱਲ ਵੀ ਨਹੀਂ ਕੱਚੀ ਹੁੰਦੀ। ਮੈਂ ਪਹਿਲਾਂ ਕੀ ਕਿਹਾ ਸੀ, ਮੈਡਮ ਦੇ ਆਉਣ ਤੋਂ ਇੱਕ ਅਨਾਊਂਸ ਕੀਤਾ ਸੀ ਕਿ ਬਾਂਹ ਕੱਢ ਕੇ ਮੇਲਾ ਲੁੱਟ ਕੇ ਲੈ ਜਾਣ ਵਾਲੀ ਉਹ ਪੰਜਾਬਣ ਮੁਟਿਆਰ ਅਦੀਪ ਬੱਬੂ। ਫਿਲਮਾਂ ਕਰਨ ਦਾ ਸ਼ੌਂਕ ਸੀਗਾ, ਪਰ ਕਰੀਆਂ ਤਾਂ ਫਿਲਮਾਂ ਹੀ ਨਹੀਂ, ਪਰ ਕੀ ਕਰੀਏ। ਕਲਾਕਾਰੀ ਦਾ ਜਿਹੜਾ ਕੀੜਾ ਨਾ, ਉਹ ਸੱਚੀ ਬੜਾ ਤੰਗ ਕਰਦਾ, ਰਹਿ ਨਹੀਂ ਹੁੰਦਾ। ਕਦੇ ਨਾ ਕਦੇ ਗਾਉਂਦੀ ਸੀਗੀ ਮੈਂ ਲਾਈਵ ਦੇ ਥਰੂ, ਬਾਈ ਕਰਮਾ ਟੋਪਰ ਜੀ ਦਾ ਧੰਨਵਾਦ ਕਰਦੀ ਹਾਂ, ਜਿਹਨਾਂ ਦੀ ਬਦੌਲਤ ਮੈਂ ਗਾਉਣ ਲੱਗੀ ਹਾਂ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਵਾਹਿਗੁਰੂ ਨੇ ਤੈਨੂੰ ਆਵਾਜ਼ ਦਿੱਤੀ ਹੈ, ਟੈਲੈਂਟ ਦਿੱਤਾ, ਤੇ ਕਾਹਦੇ ਪਿੱਛੇ ਦਬਾ ਕੇ ਰੱਖਣਾ, ਛੋਟੀ ਜਿਹੀ ਜ਼ਿੰਦਗੀ ਹੈ ਤੇ ਤੂੰ ਜ਼ਰੂਰ ਗਾਇਆ ਕਰ। ਤੇ ਬਸ ਉਹਨਾਂ ਦੇ ਕਹਿਣ ਤੇ ਗਾਇਕੀ ਸ਼ੁਰੂ ਕੀਤੀ ਆ, ਤੇ ਅੱਜ ਮੈਨੂੰ ਤੁਹਾਡੀਆਂ ਤਾੜੀਆਂ ਤੋਂ ਪਤਾ ਲੱਗਦਾ ਰਹਿਣਾ ਕਿ ਤੁਸੀਂ ਮੈਨੂੰ ਕਿੰਨਾ ਕੁ ਕਬੂਲ ਕਰਦੇ ਹੋ, ਕਿਉਂਕਿ ਮੈਂ ਆਪ ਕਹਿ ਕੇ ਤਾੜੀ ਕਦੇ ਨਹੀਂ ਮਰਵਾਉਣੀ, ਇਹ ਮੇਰਾ ਅਸੂਲ ਹੈ। ਬਸ ਤੁਸੀਂ ਪਿਆਰ ਦਿਓਗੇ ਤਾਂ ਮੈਂ ਉਹੀ ਸਫ਼ਰ ਦਾ ਫਲ ਜਿਹੜਾ ਕਹਿੰਦੇ ਮਿੱਠਾ ਹੁੰਦਾ ਉਹ ਲੈ ਕੇ ਚੱਲ ਜਾਣਾ। ਤੇ ਲਓ ਜੀ ਸ਼ੁਰੂ ਕਰਦੇ ਅਗਲਾ ਗੀਤ। ਪੱਗਾਂ ਸਾਰੇ ਹੀ ਬੰਨਦੇ ਆ ਵੈਸੇ ਤਾਂ, ਹੈ ਨਾ, ਪਰ ਪੱਗਾਂ ਤੇ ਗਾਣਾ, ਸਰਦਾਰੀ ਤੇ ਗਾਣਾ, ਕਿਉਂਕਿ ਸਾਡੀ ਸਰਦਾਰੀ ਕਾਇਮ ਹੋਣੀ ਚਾਹੀਦੀ ਹੈ ਭਾਜੀ। ਇਹ ਤਾਂ ਚਲੋ ਆਈ ਗਈ ਗੱਲ ਆ, ਮੁੰਡੇ ਕਈ ਵਾਰ ਕਟਿੰਗ ਕਰਾ ਦਿੰਦੇ ਨੇ, ਉਹ ਵੀ ਇੱਕ ਸਮੇਂ ਦੇ ਹਿਸਾਬ ਨਾਲ, ਸ਼ਾਇਦ ਕਦੇ ਨਾ ਕਦੇ ਤੁਸੀਂ ਵੀ ਕਰਾਈ ਹੋਣੀ ਹੈ, ਹੈ ਨਾ, ਤਾਂ ਸਮੇਂ ਦੇ ਹਿਸਾਬ ਨਾਲ ਹਰ ਬੰਦਾ ਚੇਂਜ ਹੋ ਜਾਂਦਾ। ਤੇ ਲਓ ਜੀ ਫਿਰ ਅਗਲਾ ਗਾਣਾ ਪੱਗ ਤੋਂ ਲੈ ਕੇ ਆ, ਤੇ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕਰਨਾ ਮੈਨੂੰ ਪਤਾ ਕਿਤੇ ਨਾ ਕਿਤੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਰਦਾਰੀ ਅਸੀਂ ਕਾਇਮ ਰੱਖਣੀ ਆ, ਉਸ ਕਰਕੇ। ਥੈਂਕ ਯੂ, ਬੱਚੀਆਂ ਦੇ ਨਾਂ ਤੇ ਤਾੜੀ ਲਾਓ ਇੱਕ ਵਾਰੀ, ਕਿਆ ਬਾਤ ਹੈ। ਇਹ ਧੀਆਂ ਨੇ ਸਾਡੀਆਂ, ਬਹੁਤ ਪਿਆਰ ਦਿੱਤਾ ਧੀਆਂ ਨੇ, ਜਿਹੜੇ ਮੇਰੇ ਮੁੱਠੀ 'ਚ ਪੈਸੇ ਆ ਨਾ ਇਹ ਬਹੁਤ ਜ਼ਿਆਦਾ ਨੇ, ਥੋੜੇ ਨਹੀਂ ਹੈਗੇ। ਥੈਂਕ ਯੂ ਪੁੱਤ, ਥੈਂਕ ਯੂ, ਨੱਚਣਾ ਤਾਂ ਇੱਥੇ ਖੜ ਜਾਓ। ਹੋ ਤੇਰੀ ਵੱਟਾਂ ਵਾਲੀ ਪੱਗ ਲਾਵੇ ਕਾਲਜੇ ਨੂੰ ਅੱਗ, ਮਾਰਦਾ
ਮੇਰਾ ਬਾਰ ਬਾਰ ਪੱਗ ਨੂੰ ਵੇ ਪੋਚਣਾ ਬੇਲੜਾਂ ਦੇ ਦਿਲ ਠਾਰਦਾ ਹੋ ਤੇਰੀ ਬੱਟਾਂ ਵਾਲੀ ਪੱਗ ਲਾਵੇ ਕਾਲਜੇ ਨੂੰ ਅੱਗ ਹੋ ਬੱਟਾਂ ਵਾਲੀ ਪੱਗ ਲਾਵੇ ਕਾਲਜੇ ਨੂੰ ਅੱਗ ਹੋ ਮੈਨੂੰ ਮੁੰਡਾ ਲੱਗੇ ਉੱਚੇ ਖਾਨਦਾਨ ਦਾ ਤੇ ਕੜਲੀ ਸ਼ਿੰਗਾਰੇ ਮਾਰਦਾ ਹੋ ਤੇਰਾ ਬਾਰ ਬਾਰ ਪੱਗ ਨੂੰ ਵੇ ਪੋਚਣਾ ਹਾਏ ਅਲੜਾਂ ਦੇ ਦਿਲ ਠਾਰਦਾ ਹੋ ਤੇਰੀ ਬੱਟਾਂ ਵਾਲੀ ਪੱਗ ਲਾਵੇ ਕਾਲਜੇ ਨੂੰ ਅੱਗ ਮੇਰੇ ਦਿਲ ਨੂੰ ਤੂੰ ਮੁੰਡਿਆ ਪਸੰਦ ਵੇ
ਤੈਨੂੰ ਮੁੰਡਿਆ ਪਸੰਦ ਵੇ ਮੇਰੇ ਮਾਪੇ ਕਿਤੇ ਹੋ ਗਏ ਰਜਮੰਦ ਵੇ ਸੱਚੀਆਂ ਤੂੰ ਕਸਬਤ ਲਾਈਫ ਚਾਉਣ ਦਾ ਸੱਚੀਆਂ ਤੂੰ ਕਸਬਤ ਲਾਈਫ ਚਾਉਣ ਦਾ ਮੈਂ ਗੁੱਲ ਪੈ ਜੂ ਸਾਡੇ ਪਿਆਰ ਦਾ ਤੇਰਾ ਬਾਰ ਬਾਰ ਪੱਗ ਨੂੰ ਮੈਂ ਪੁੱਛਣਾ ਹੈ ਅਲੜਾਂ ਦਾ ਦਿਲ ਠਾਰਦਾ ਤੇਰਾ ਬਾਰ ਬਾਰ ਪੱਗ ਨੂੰ ਮੈਂ ਪੁੱਛਣਾ ਹੈ ਅਲੜਾਂ ਦਾ ਦਿਲ ਠਾਰਦਾ ਤੇਰਾ ਬਾਰ ਬਾਰ ਪੱਗ ਨੂੰ ਮੈਂ ਪੁੱਛਣਾ ਹੈ ਅਲੜਾਂ ਦਾ ਦਿਲ ਠਾਰਦਾ ਤੇਰਾ ਬਾਰ ਬਾਰ ਪੱਗ ਨੂੰ ਮੈਂ ਪੁੱਛਣਾ ਹੈ ਅਲੜਾਂ ਦਾ ਦਿਲ ਠਾਰਦਾ ਧੰਨਵਾਦ।